ਅੱਜ ਕੱਲ੍ਹ ਦੇਖਿਆ ਜਾਂਦਾ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਕਿ ਚੱਲਦੀ ਕਾਰ ਨੂੰ ਜਾਂ ਖੜ੍ਹੀ ਕਾਰ ਨੂੰ ਅੱਗ ਲੱਗ ਜਾਂਦੀ ਹੈ, ਕੀ ਕਾਰਨ ਹੈਗਾ ਜੀ? ਇੱਕ ਨਾ ਬਹੁਤ ਛੋਟਾ ਔਰ ਮੇਨ ਪੁਆਇੰਟ ਚੱਲਦਾ ਕਾਰ ਦੇ ਵਿੱਚ, ਕਾਰ ਫਿਊਜ਼ ਦਾ, ਵਾਇਰਿੰਗ ਫਿਊਜ਼ ਦਾ। ਮੇਰਾ ਆਟੋ ਇਲੈਕਟ੍ਰੀਸ਼ਨ, ਕਾਰ ਏ ਸੀ ਰਿਪੇਅਰ ਦਾ ਸਮਰਾਲਾ ਸ਼ਹਿਰ 'ਚ ਕੰਮ ਆ। ਔਰ ਅੱਜ ਕੱਲ੍ਹ ਦੇਖਿਆ ਜਾਂਦਾ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਕਿ ਚੱਲਦੀ ਕਾਰ ਨੂੰ ਜਾਂ ਖੜ੍ਹੀ ਕਾਰ ਨੂੰ ਅੱਗ ਲੱਗ ਜਾਂਦੀ ਹੈ, ਕੀ ਕਾਰਨ ਹੈਗਾ ਜੀ ਉਹਦਾ? ਦੇਖੋ, ਮੇਨ ਕਾਰਨ ਲੋਕਾਂ ਦਾ ਧਿਆਨ ਨਾ ਦੇਣਾ ਕੰਮ ਦੇ ਪ੍ਰਤੀ, ਮਕੈਨਿਕਾਂ ਦਾ। ਇੱਕ ਨਾ ਬਹੁਤ ਛੋਟਾ ਔਰ ਮੇਨ ਪੁਆਇੰਟ ਚੱਲਦਾ ਕਾਰ ਦੇ ਵਿੱਚ, ਕਾਰ ਫਿਊਜ਼ ਦਾ, ਵਾਇਰਿੰਗ ਫਿਊਜ਼ ਦਾ। ਕੀ ਹੁੰਦਾ, ਕਈ ਵਾਰ ਉਹ ਫਿਊਜ਼ ਖਰਾਬ ਹੋ ਜਾਂਦਾ, ਉਹ ਫਟ ਜਾਂਦਾ ਕਹਿ ਸਕਦੇ ਆ ਉਹਨੂੰ, ਤੁਸੀਂ ਉੱਡ ਜਾਂਦਾ ਕਹਿ ਜਾਂਦੇ ਨੇ ਕਈ। ਦੇਖੋ, ਉਹ ਹਰ ਇੱਕ ਲਾਈਨ ਦੇ ਉੱਤੇ, ਅਸੀਂ ਲਾਈਨ ਕਹਿ ਦਿੰਦੇ ਹਾਂ ਸਪਲਾਈਆਂ ਨੂੰ, ਹਰ ਇੱਕ ਲਾਈਨ ਦੇ ਉੱਤੇ ਅਲੱਗ ਅਲੱਗ ਅੰਪੇਅਰ ਦੇ ਫਿਊਜ਼ ਲੱਗੇ ਹੁੰਦੇ ਨੇ। ਕੀ ਹੁੰਦਾ, ਮੰਨ ਕੇ ਚੱਲੋ ਕਿਤੇ 10 ਅੰਪੇਅਰ ਦਾ ਫਿਊਜ਼ ਲੱਗਿਆ ਹੋਇਆ ਵਾ, ਤਾਂ ਟੈਕਨੀਸ਼ੀਅਨ ਕੀ ਕਰਦਾ, ਯਾਰ ਇਹ ਕਿਉਂ ਉੱਡ ਰਿਹਾ? ਦੇਖੋ, ਮੇਨ ਉਹਦਾ ਫੋਕਸ ਨਹੀਂ ਕਰਦੇ ਵੀ ਕਿਸ ਚੀਜ਼ ਕਰਕੇ ਉਹ ਖਰਾਬ ਹੋ ਰਿਹਾ, ਫੋਕਸ ਮੋਸਟਲੀ ਇਹ ਹੋ ਜਾਂਦਾ ਵੀ ਯਾਰ 10 ਅੰਪੇਅਰ ਦਾ ਉੱਡਿਆ, ਲੈ 15 ਦਾ ਲਗਾਤਾਰ ਚੱਲ ਗਿਆ। ਉਹ ਕਈ ਵਾਰ ਕੁਛ ਦਿਨ ਚੱਲਦਾ, ਕੁਛ ਦਿਨ ਚੱਲਣ ਤੋਂ ਬਾਅਦ ਸਪਾਰਕਿੰਗ ਫਿਰ ਪੈਂਦੀ ਹੈ, ਜਦ ਵੱਧ ਜਾਂਦੀ ਆ ਤਾਂ ਉਹ ਉੱਡ ਜਾਂਦਾ। ਜਾਂ ਕਈ ਇੰਜਣ ਮਕੈਨਿਕਾਂ ਕੋਲ ਇਹ ਚੀਜ਼ ਨਹੀਂ ਹੁੰਦੀ, ਉਹ ਕੀ ਕਰਦੇ ਨੇ, ਇੱਕ ਟਾਈਮ ਲਈ ਉਹ ਕਹਿ ਦਿੰਦੇ ਨੇ ਵੀਰ ਜੀ ਲਗਵਾ ਲਿਓ ਤੁਸੀਂ, ਅਸੀਂ ਆ ਤਾਰ ਲਗਾਤੀ, ਵਾਇਰ ਲਗਾਤੀ ਕੋਪਰ ਦੀ ਅਤੇ ਇੰਸਟਾਲ ਕਰਤਾ ਲਗਾਤਾਰ। ਉਹ ਜਦ ਚੀਜ਼ ਚੱਲਦੀ ਆਪਣੇ ਵਰਗੇ ਸਾਰੇ ਕਹਿ ਦਿੰਦੇ ਨੇ ਚੱਲ ਠੀਕ ਆ ਯਾਰ ਚੱਲਦਾ ਵਾ, ਅਸੀਂ ਫਿਊਜ਼ ਲਗਵਾ ਲਿਆ ਸੀ। ਇਸ ਚੀਜ਼ ਦਾ ਬਹੁਤ ਮੇਨ ਰੀਜ਼ਨ, ਲਗਾਇਆ ਤਾਂ ਉਹਦੀ ਸੇਮ ਕਪੈਸਿਟੀ ਦਾ ਹੈ ਨਹੀਂ, ਇਸ ਕਰਕੇ ਉਹ ਵਾਇਰ ਓਵਰਹੀਟ ਹੋ ਕੇ ਕਈ ਵਾਰ ਉਸ ਚੀਜ਼ ਨੂੰ ਅੱਗ ਪੈ ਜਾਂਦੀ ਆ, ਕਿਉਂਕਿ ਅੰਦਰ ਪੂਰਾ ਹੁੰਦਾ ਕੰਬਲ ਹੁੰਦਾ ਜਿਹੜਾ, ਉਹ ਇੱਕ ਬਹੁਤ ਛੇਤੀ ਅੱਗ ਫੜਨ ਵਾਲੀ ਚੀਜ਼ ਆ। ਦੇਖੋ, ਉਹਨੇ ਹੀਟ ਲਗਾਇਆ ਤਾਂ ਕੰਪਨੀਆਂ ਨੇ ਹੀਟ ਵਾਸਤੇ ਹੁੰਦਾ ਵੀ ਬਾਹਰੋਂ ਬੋਡੀ ਦੇ ਅੰਦਰ ਹੀਟ ਘੱਟ ਤੋਂ ਘੱਟ ਆਵੇ ਉਸ ਚੀਜ਼ ਨਾਲ, ਬਟ ਉਹ ਜਦੋਂ ਉਸ ਚੀਜ਼ ਨੂੰ ਅੱਗ ਪੈ ਜਾਂਦੀ ਆ ਤਾਂ ਇੱਦਾਂ ਵਾਇਰ ਨਾਲ ਹੀਟ ਹੋ ਕੇ ਉਸ ਚੀਜ਼ ਨੂੰ ਪ੍ਰੋਬਲਮ ਆ ਜਾਂਦੀ ਆ ਔਰ ਅੱਗ ਦੇ ਕਾਰਨ ਜ਼ਿਆਦਾ ਬਣ ਜਾਂਦੇ ਨੇ। ਅੱਜ ਕੱਲ੍ਹ ਦੇਖਿਆ ਜਾਂਦਾ ਵੀ ਕੋਈ ਵੀ ਬੰਦਾ ਨਵੀਂ ਕਾਰ ਜਾਂ ਪੁਰਾਣੀ ਕਾਰ ਖਰੀਦਦਾ ਤਾਂ ਉਹਦੇ ਵਿੱਚ ਕੀ ਨਵਾਂ ਇੰਟੀਰੀਅਰ ਜਾਂ ਡੈਕੋਰੇਸ਼ਨ ਮੋਡੀਫਿਕੇਸ਼ਨ, ਨਵੀਆਂ ਲਾਈਟਾਂ ਲਗਾਉਂਦੇ ਨੇ, ਕੀ ਜਿਹੜੀਆਂ ਇਹ ਲਾਈਟ ਸਿਸਟਮ ਵਗੈਰਾ ਜਾਂ ਸਟੀਰੀਓ ਵਗੈਰਾ ਲਗਾਉਂਦੇ ਆਪਾਂ, ਕੀ ਇਹ ਸਾਡੇ ਲਈ ਯੂਜ਼ਫੁੱਲ ਹੈਗਾ? ਦੇਖੋ ਸਰ, ਯੂਜ਼ਫੁੱਲ ਵਾਲਾ ਲਫ਼ਜ਼ ਹੈ ਜਿਹੜਾ ਆਪਾਂ ਉਹ ਬਹੁਤ ਘੱਟ ਵਰਤ ਸਕਦੇ ਹਾਂ, ਕਿਉਂਕਿ ਇੱਕ ਇੰਜੀਨੀਅਰਿੰਗ ਦੀ ਡਿਗਰੀ ਨਾਲ ਜਿਸਨੇ ਕੰਮ ਕੀਤਾ ਹੁੰਦਾ ਵਾ ਉਹ ਬਹੁਤ ਸੋਚ ਸਮਝ ਕੇ ਹੋਇਆ ਹੁੰਦਾ। ਮੰਨ ਕੇ ਚੱਲੋ ਇੱਕ ਲਿਮਿਟ ਤੋਂ ਬਾਹਰ ਫਿਊਜ਼ ਗੱਲ ਲਾਸਟ ਫਿਰ ਉੱਥੇ ਆਈ ਜਾਂਦੀ ਆਪਣੇ ਘੁੰਮ ਕੇ ਵੀ ਫਿਊਜ਼ ਦੇ ਉੱਤੇ ਗੇਮ ਆ, ਆਪਾਂ ਮੂਹਰੇ ਹੈੱਡਲਾਈਟ ਬੱਲਬ ਐਂਪ ਕਿਸ ਬੇਸ 'ਤੇ ਲਾ ਰਹੇ ਹਾਂ, ਕਿੰਨੀ ਕਪੈਸਿਟੀ 'ਤੇ ਲਾ ਰਹੇ ਹਾਂ, ਇਸ ਚੀਜ਼ ਦਾ ਟੈਕਨੀਸ਼ੀਅਨ 'ਤੇ ਜ਼ਿਆਦਾ ਡਿਪੈਂਡ ਹੋ ਜਾਂਦਾ ਵਾ ਵੀ ਟੈਕਨੀਸ਼ੀਅਨ ਕੀ ਕਰ ਰਿਹਾ। ਮੇਰੇ ਕਹਿਣ ਦਾ ਕਾਰਨ ਇਹ, ਪੁੱਛਣ ਦਾ ਕਾਰਨ ਇਹ ਆ ਵੀ ਜਿਹੜੀਆਂ ਨਵਾਂ ਆਪਾਂ ਮੰਨ ਲਓ ਸਟੀਰੀਓ ਲਗਾਉਂਦੇ ਹਾਂ, ਠੀਕ ਆ ਜੀ, ਉਹਦੇ ਨਾਲ ਵਾਇਰਿੰਗ ਦੇ ਵਿੱਚ ਵੀ ਛੇੜਛਾੜ ਹੁੰਦੀ ਆ, ਵਾਇਰਿੰਗ ਦੇ ਵਿੱਚ ਕੱਟ ਲੱਗਦੇ ਆ? ਹਾਂ, ਦੇਖੋ, ਕੱਟਣਾ ਨਾਲ ਇਸ ਚੀਜ਼ ਦੇ ਚਾਂਸ ਵੱਧ ਜਾਂਦੇ ਨੇ,
ਕਿਉਂਕਿ ਕੱਟ ਕੇ ਜਿਹੜੀ ਅਸੀਂ ਇੰਸਟਾ ਸਿਰ ਉੱਪਰ ਲਾਉਂਦੇ ਹਾਂ, ਪੇਸਟ ਕਰਦੇ ਹਾਂ, ਟੇਪ ਲਗਾਉਂਦੇ ਹਾਂ, ਉਹ ਨਹੀਂ ਪ੍ਰੋਪਰ ਤਰੀਕੇ ਨਾਲ ਨਹੀਂ ਲੱਗਦੀ, ਔਰ ਜੁਆਇੰਟ ਦੇ ਵਿੱਚ ਢਿੱਲ ਰਹਿਣ ਨਾਲ ਸਪਾਰਕਿੰਗ ਪੈ ਗਈ, ਕਈ ਵਾਰ ਉੱਥੋਂ ਵਾਇਰ ਓਵਰਹੀਟ ਹੋਣ ਲੱਗ ਜਾਂਦੀ। ਯਾਨੀ ਇਹ ਚੀਜ਼ਾਂ ਦਾ ਉੱਥੇ ਜੁਆਇੰਟ ਆਉਂਦੇ ਨੇ, ਗ੍ਰਿਪ ਆਉਂਦੇ ਨੇ, ਗੱਲ ਟੈਕਨੀਸ਼ੀਅਨ ਦੇ ਉੱਤੇ ਡਿਪੈਂਡ, ਮਕੈਨਿਕ ਦੇ ਉੱਤੇ ਡਿਪੈਂਡ ਆ ਤੁਹਾਨੂੰ ਉਹ ਕਿੱਦਾਂ ਦਾ ਤੁਸੀਂ ਚੂਜ਼ ਕੀਤਾ ਵਾ, ਕਿੱਦਾਂ ਦਾ ਉਹ ਤੁਹਾਡਾ ਕੰਮ ਕਰ ਰਿਹਾ। ਇਹ ਮੰਨ ਲਓ ਆਪਾਂ ਇਹਦਾ ਕਾਰਨ ਸਰਵਿਸ ਦਾ ਵੀ ਹੋ ਸਕਦਾ, ਲੇਟ ਸਰਵਿਸ ਕਰਾਉਣਾ ਜਾਂ ਕੰਪਨੀ ਤੋਂ ਸਰਵਿਸ ਨਾ ਕਰਾਉਣਾ, ਬਾਹਰੋਂ ਕਰਾਉਣਾ, ਕੀ ਇਹਦਾ ਕਾਰਨ ਹੋ ਸਕਦਾ? ਦੇਖੋ ਜੇ ਇਹਦੇ ਵਿੱਚ ਇਹ ਹੋ ਜਾਂਦਾ, ਜਦੋਂ ਸਰਵਿਸ ਕਰਾਉਂਦੇ ਹੋ ਤਾਂ ਇਹਦੇ ਵਿੱਚ ਗਰਮੀਆਂ ਦੇ ਦਿਨਾਂ ਦੇ ਵਿੱਚ ਮੋਸਟਲੀ ਟੈਂਪਰੇਚਰ, ਦੇਖੋ ਆਊਟਸਾਈਡ ਟੈਂਪਰੇਚਰ, ਬਾਹਰਲਾ ਟੈਂਪਰੇਚਰ ਇਹ ਬਹੁਤ ਜ਼ਿਆਦਾ ਹੁੰਦਾ, ਤੁਹਾਡੇ ਕੂਲੈਂਟ ਦਾ ਟੈਂਪਰੇਚਰ ਕੀ ਰਹਿੰਦਾ ਵਾ। ਦੇਖੋ ਪਾਣੀ ਤੁਹਾਨੂੰ ਰੂਟੀਨ 'ਚ ਚੈੱਕਅਪ ਕਰਨਾ ਪੈਣਾ ਵਾ, ਜਿਸ ਦਿਨ ਤੁਸੀਂ ਮੰਨ ਲਓ ਗੱਡੀ ਰੋਜ਼ ਚਲਾਉਂਦੇ ਹੋ ਤਾਂ ਹਰ ਰੋਜ਼ ਤੁਸੀਂ ਪਾਣੀ ਚੈੱਕ ਕਰਕੇ ਮੋਰਨਿੰਗ ਚਲਾਓਗੇ ਤਾਂ ਤੁਹਾਨੂੰ ਇਸ ਪ੍ਰੋਬਲਮ ਦੀ ਘੱਟ ਪ੍ਰੋਬਲਮ ਆਊਗੀ, ਠੀਕ ਹੈ ਜੀ। ਤੁਹਾਨੂੰ ਪਾਣੀ ਦੇਖਣਾ ਪੈਣਾ ਕਿਤੋਂ ਪਾਈਪ ਤਾਂ ਨਹੀਂ ਲੀਕ ਹੋ ਰਹੀ, ਕੁਛ ਨਹੀਂ, ਇਹ ਤਾਂ ਨਿਗਾਹਦਾਨੀ ਹਰ ਇੱਕ ਚੀਜ਼ ਦੀ ਕਿਤੇ ਨਾ ਕਿਤੇ ਤੁਹਾਨੂੰ ਹਫ਼ਤੇ ਬਾਅਦ ਵੀ ਤੁਸੀਂ ਆਪ ਕਰ ਸਕਦੇ ਹੋ। ਮੰਨ ਲਓ ਗੱਡੀ ਨੂੰ, ਚੱਲਦੀ ਗੱਡੀ ਨੂੰ ਅੱਗ ਲੱਗ ਜਾਂਦੀ ਆ ਔਰ ਵਿੱਚ ਪਰਿਵਾਰਕ ਮੈਂਬਰ ਬੈਠੇ ਨੇ, ਤਾਂ ਉਹਦੇ ਵਿੱਚ ਸੇਫਟੀ ਲਈ ਕਿਹੜੀਆਂ ਕਿਹੜੀਆਂ ਚੀਜ਼ਾਂ ਗੱਡੀ ਦੇ ਵਿੱਚ ਰੱਖ ਸਕਦੇ ਹਾਂ, ਕਿਵੇਂ ਬਚਿਆ ਜਾ ਸਕਦਾ ਇਸ ਅੱਗ ਤੋਂ? ਸੇਫਟੀ ਲਈ ਪਹਿਲਾਂ ਤਾਂ ਤੁਹਾਡੀ ਅਵੇਅਰਨੈਸ ਆ, ਤੁਸੀਂ ਗੱਡੀ ਦੇ ਵਿੱਚ ਕਿੱਦਾਂ ਦਾ ਕੰਮ ਕਰਵਾਇਆ ਵਾ, ਕੀ ਨਹੀਂ ਕਰਵਾਇਆ, ਕੀ ਤੁਸੀਂ ਅੰਦਰ ਯੂਜ਼ ਕਰਦੇ ਹੋ ਬੈਠ ਕੇ, ਕੀ ਨਹੀਂ ਕਰਦੇ। ਦੂਸਰਾ ਨੰਬਰ, ਤੁਸੀਂ ਫਾਇਰ ਰੱਖੋ, ਠੀਕ ਆ ਜੀ। ਅੱਜ ਕੱਲ੍ਹ ਕੇਨ ਮਿਲਦੇ ਨੇ ਗੱਡੀਆਂ ਵਾਸਤੇ, ਹਾਂ, ਅੱਗ ਬਚਾਊ ਯੰਤਰ ਜਿਹੜੇ ਤੁਹਾਨੂੰ ਅੱਜ ਕੱਲ੍ਹ ਬਾਜ਼ਾਰੋਂ ਮਿਲਦੇ ਨੇ, ਉਹਨਾਂ 'ਤੇ ਐਕਸਪਾਇਰੀ ਡੇਟ ਹੁੰਦੀ ਆ ਬਕਾਇਦਾ, ਉਹ ਚੀਜ਼ ਨੂੰ ਦੇਖ ਕੇ ਚੈੱਕ ਕਰਕੇ ਤੁਸੀਂ ਉਹਨਾਂ ਨੂੰ ਕਾਰਾਂ 'ਚ ਰੱਖੋ ਔਰ ਫਸਟ ਏਡ ਕਿੱਟ ਰੱਖੋ। ਓਕੇ, ਕਹਿੰਦੇ ਵੀ ਆਪਣੀ ਗੱਡੀ ਦੇ ਵਿੱਚ ਇੱਕ ਹੈਮਰ ਔਰ ਸੀਜ਼ਰ ਜ਼ਰੂਰ ਰੱਖਣਾ ਚਾਹੀਦਾ, ਕੀ ਜ਼ਰੂਰੀ ਹੈ ਜੀ? ਨਹੀਂ, ਇੰਨਾ ਇਹਨਾਂ ਗੱਲਾਂ ਨਾਲ ਇੰਨਾ ਜ਼ਰੂਰੀ ਨਹੀਂ, ਉਸ ਤੋਂ ਪਹਿਲਾਂ ਤਾਂ ਆਪਾਂ ਇਹ ਅਵੇਅਰਨੈਸ ਰੱਖੀਏ ਵੀ, ਇਹ ਜਾਣਕਾਰੀ ਰੱਖੀਏ ਵੀ ਅਸੀਂ ਗੱਡੀ ਨੂੰ ਚਲਾਉਣਾ ਕਿਸ ਤਰੀਕੇ ਨਾਲ ਆ, ਮੀਟਰ 'ਤੇ ਪੂਰਾ ਧਿਆਨ ਰੱਖੋ, ਚਲਦੀ ਗੱਡੀ ਦੇ ਵਿੱਚ ਤੁਹਾਨੂੰ ਕੋਈ ਲਾਈਟ ਇੰਡੀਕੇਸ਼ਨ ਤਾਂ ਨਹੀਂ ਆ ਰਹੀ, ਇੰਡੀਕੇਸ਼ਨ ਤਾਂ ਨਹੀਂ ਆ ਰਿਹਾ, ਅਗਰ ਕੋਈ ਇੰਡੀਕੇਸ਼ਨ ਆ ਰਿਹਾ, ਯੈਲੋ ਕਲਰ ਦਾ ਆ ਰਿਹਾ, ਰੈੱਡ ਕਲਰ ਦਾ ਆ ਰਿਹਾ, ਬਹੁਤ ਇੰਡੀਕੇਸ਼ਨ ਨੇ ਕਾਰ ਦੇ ਵਿੱਚ ਵੀ, ਜੇ ਕੋਈ ਆ ਰਿਹਾ ਤਾਂ ਜਦੇ ਨੇੜੇ ਦੇ ਨੇੜੇ ਮਕੈਨਿਕ ਨੂੰ ਉਹਨੂੰ ਚੈੱਕ ਕਰਵਾਓ। ਕੀ ਗੈਸਕਿਟ ਜਿਹੜੀ ਹੁੰਦੀ ਆ ਆਪਣੀ ਗੱਡੀ ਦੇ ਵਿੱਚ CNG ਗੈਸਕਿਟ, ਕੀ ਇਹ ਕੰਪਨੀ ਫਿਟਡ ਹੀ ਲਵਾਉਣੀ ਚਾਹੀਦੀ ਹੈ ਜਾਂ ਬਾਹਰੋਂ ਵੀ ਲਗਵਾ ਸਕਦੇ? ਦੇਖੋ, ਲਗਵਾ ਸਕਦੇ ਹੋ ਤੁਸੀਂ, ਲਿਮਿਟਡ ਕੰਪਨੀਆਂ ਤੋਂ ਲਗਵਾ ਸਕਦੇ ਹੋ, ਲਿਮਿਟਡ ਬਾਹਰ ਫਰਮਾਂ ਬਹੁਤ ਪ੍ਰਾਈਵੇਟ ਕੰਮ ਕਰ ਰਹੇ ਨੇ, ਬਹੁਤ ਵਧੀਆ ਬੰਦੇ ਕੰਮ ਕਰ ਰਹੇ ਨੇ। ਇਹ ਵੀ ਕਾਰਨ ਹੋ ਸਕਦਾ ਜੀ ਗੱਡੀ ਨੂੰ ਅੱਗ ਲੱਗਣ ਦਾ? ਨਹੀਂ, ਦੇਖੋ ਇਸ ਚੀਜ਼ ਦਾ ਹਜੇ ਤੱਕ ਤਾਂ ਕੋਈ ਦਿੱਕਤ ਸਾਨੂੰ ਆਈ ਨਹੀਂ, ਨਾ ਫੇਸ ਕੀਤੀ ਆ, ਬਟ ਇੱਦਾਂ ਦੀ ਕੋਈ ਲਾਈਨ ਹੁੰਦੀ ਨਹੀਂ, ਕਿਉਂਕਿ ਟੈਕਨੀਸ਼ੀਅਨ ਜਿਹੜਾ ਫਿੱਟ ਕਰਦਾ ਇਹਨੂੰ ਬਹੁਤ ਵਧੀਆ ਤਰੀਕੇ ਨਾਲ ਕਰਦਾ। CNG 'ਤੇ ਬਹੁਤ ਚਾਂਸ ਘੱਟ ਨੇ, ਹਾਂ ਤੁਸੀਂ LPG ਯੂਜ਼ ਕਰਦੇ ਹੋ ਉਹਦੇ ਵਿੱਚ, ਉਹ ਤੁਹਾਡੀ ਗਲਤੀ ਆ, ਉਹ ਤੁਸੀਂ ਕਿਉਂ ਕਰ ਰਹੇ ਹੋ, ਉਸ ਚੀਜ਼ ਨਾਲ ਇਸ ਚੀਜ਼ ਦੇ ਚਾਂਸ ਵੱਧਦੇ ਨੇ, ਪਰ CNG ਨਾਲ ਬਹੁਤ ਰੀਅਰ ਨੇ ਚਾਂਸ। ਇਹਨਾਂ ਘਟਨਾਵਾਂ ਤੋਂ ਬਚਣ ਲਈ ਸਭ ਨਾਲ ਪਹਿਲਾਂ ਉਪਰਾਲਾ ਕੀ ਕਰਨਾ ਚਾਹੀਦਾ ਜੀ? ਸਭ ਤੋਂ ਪਹਿਲਾਂ ਦੇਖੋ, ਜਿਸ ਮਕੈਨਿਕ ਤੋਂ ਵੀ ਕੰਮ ਕਰਵਾਉਂਦੇ ਹੋ ਉਸਦੇ ਹਿਸਟਰੀ ਚੈੱਕ ਕਰੋ ਵੀ ਉਹ ਕਿੱਦਾਂ ਦਾ ਕੰਮ ਕਰਦਾ, ਕੀ ਕਰ ਰਿਹਾ, ਉਹਦੀ ਮਾਰਕੀਟ ਦੇ ਵਿੱਚ ਦੇਖੋ ਰੈਪੋ ਕੀ ਆ, ਮੇਨ ਇਹੀ ਰੀਜ਼ਨ ਨੇ, ਹੋਰ ਕੁਛ ਨਹੀਂ ਹੋ ਸਕਦਾ। ਔਰ ਟੂ ਦੀ ਪੁਆਇੰਟ, ਜੋ ਤੁਹਾਨੂੰ ਦਿੱਕਤ ਆਉਂਦੀ ਆ, ਕੋਈ ਲਾਈਟ ਇੰਡੀਕੇਸ਼ਨ ਹੁੰਦੀ ਆ, ਕੋਈ ਆਪਣਾ ਪਰਸਨਲੀ ਕੰਮ ਨਾ ਕਰੋ, ਕਿਸੇ ਟੈਕਨੀਸ਼ੀਅਨ ਤੋਂ ਕਰਵਾਓ ਤਰੀਕੇ ਨਾਲ।